ਫੈਸਲ ਗੁੱਜਰ ਨੇ ਸਾਹਮਣੇ ਸਾਰਿਆਂ ਦੇ ਆਖਿਆ ਕਿ 500 ਰੁਪਈਆ ਲਾਂਗੇ ਤੁਹਾਡੀ ਰੇਹੜੀਆਂ ਨਹੀਂ ਕੋਈ ਬੰਦਾ ਪਟਾਉਣ ਦਾ, ਜੇ ਰੇਹੜੀਆਂ ਪਟਾਏ 80 ਜ਼ਿੰਮੇਵਾਰ ਆ। ਠੀਕ ਹੈ, ਇਹਦੇ ਵਿੱਚ 200 ਬੰਦਾ ਖਲੋਤੇ ਆ। ਠੀਕ ਹੈ, ਅੱਜ ਭਾਵੇਂ ਸਾਰੇ ਭਾਵੇਂ ਬੋਲੇ ਭਾਵੇਂ ਨਾ ਬੋਲੇ, ਗੱਲ ਕੀ ਹੈ, ਇਹ 200 ਬੰਦਾ ਖਲੋਤੇ ਆ। ਉਹਨਾਂ ਆਖਿਆ ਜੀ ਅਸੀਂ 500 ਦੇਣ ਵਾਸਤੇ ਤਿਆਰ, ਅਤੇ 10,000 ਰੁਪਈਆ ਕਿਰਾਇਆ ਦੁਕਾਨਾਂ ਵਾਲੇ ਲੈਂਦੇ ਨੇ, ਫਿਰ 20,000 ਰੁਪਈਆ ਲੈਂਦੇ ਨੇ। ਫੈਸਲ ਗੁੱਜਰ ਨੇ ਅਗਲੇ ਦਿਹਾੜੇ ਬੁਲਾਇਆ ਸਾਨੂੰ ਸਾਰਿਆਂ ਨੂੰ, ਉਹਨਾਂ ਆਖਿਆ 500 ਰੁਪਈਆ ਤੁਸੀਂ ਮੈਨੂੰ ਦੇਣਾ, ਅਸੀਂ ਯੂਨੀਫਾਰਮ ਤੁਹਾਨੂੰ ਸਾਂਭ ਦੇਵਾਂਗੇ, ਤੁਹਾਨੂੰ ਰੇਹੜੀਆਂ ਕੋਈ ਬੰਦਾ ਨਹੀਂ ਪਟਾਉਣ ਲੱਗਾ। ਠੀਕ ਹੈ, ਇਹ ਗੱਲ ਸਾਡੀ ਹੋਈ, ਅਸੀਂ ਉਹਨਾਂ ਵਾਸਤੇ ਲੜੇ ਵੀ ਆਏ ਹਾਂ ਦੁਕਾਨਦਾਰਾਂ ਨਾਲ, ਮਹੀਨਾ ਹੋ ਗਿਆ, ਡੇਢ ਮਹੀਨਾ ਅਸਾਂ ਕਿਰਾਇਆ ਵੀ ਕੋਈ ਨਹੀਂ ਦਿੱਤਾ। ਕੱਲ੍ਹ ਨੂੰ ਅਗਰ ਸਾਡੇ ਨਾਲ ਜ਼ਿਆਦੀ ਹੁੰਦੀ ਹੈ ਤਾਂ ਫਿਰ ਇਹ ਜਾਣ ਮੀਡੀਆ ਵਾਲੇ ਜਾਣ, ਅਤੇ ਫਿਰ ਫੈਸਲ ਪੁੱਜਿਆ ਜਾਣ। ਕਦੋਂ ਦੀ ਗੱਲ? ਇਹ ਅੱਜ ਤਕਰੀਬਨ ਮਹੀਨਾ ਹੋ ਗਿਆ, ਮਹੀਨਾ ਹੋ ਗਿਆ। ਉਹਨਾਂ ਕਿਹਾ ਜੀ ਜਿਹੜੀ ਗ੍ਰੀਨ ਲਾਈਨ ਹੈ ਇਹਦੇ ਤੋਂ ਪਿੱਛੇ ਰੇਹੜੀ ਲਾਉਣੀ ਹੈ, ਤੁਸੀਂ 500 ਰੁਪਇਆ ਮਹੀਨੇ ਦਾ ਦੇਣਾ ਕਰਨਾ, ਜਿਤਨੇ ਦੁਕਾਨਦਾਰ ਨੇ ਪਿੱਛੇ ਉਹਨਾਂ ਨੂੰ ਕੋਈ ਕਿਰਾਇਆ ਨਹੀਂ ਦੇਣਾ, ਤੁਸੀਂ ਸਿਰਫ 500 ਰੁਪਇਆ ਮਹੀਨੇ ਦਾ ਦੇਣਾ ਕਰਨਾ। ਫੈਸਲ ਗੁੱਜਰ ਨੇ 500 ਰੁਪਇਆ ਸ਼ਾਹਰਾ ਨੇ ਖੜਿਆ ਆ ਸਾਡੇ ਕੋਲ, ਸਾਵਲੇ ਜੇ ਸ਼ਾਹ ਹੀ ਹੈ, ਰੇਹੜੀਆਂ ਤੁਸੀਂ ਸਰਕੇ ਦੇ ਪਿੱਛੇ ਲਾਉਣੀਆਂ ਨੇ, ਸਾਡਾ ਠੇਕਾ ਹੋਇਆ ਜੋ ਵੀ ਹੋਇਆ। ਪਹਿਲੀ ਵਾਰ ਦਿੱਤੇ ਨੇ, ਪਹਿਲੀ ਵਾਰੀ ਇੱਕ ਦਿਨ ਪਹਿਲਾਂ ਦਿੱਤੇ ਨੇ।